fuck a dude, he's gonna be awesome with you. That's a pretty good idea. ਵੀਰ ਸਿੰਘ ਹੈ ਜੀ ਕਾਹਦਾ ਕੰਮ ਹੈ ਗਿਆ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ ਅਸੀਂ ਪਹਿਲਾਂ ਮੈਨੂੰ 20 ਸਾਲ ਹੋ ਗਏ ਕਰਦੇ ਨੂੰ ਸਾਡੇ ਬਜ਼ੁਰਗਾਂ ਨੂੰ ਹੋ ਗਏ 30 40 ਸਾਲ ਕਰਦੇ ਨੇ ਕੰਮ ਆ ਗਿਆ ਤੁਹਾਡਾ ਮਿੱਟੀ ਦਾ ਬਰਤਨ ਬੁਰਤਨ ਬਣਾਉਣ ਦਾ ਜੀ ਕੀ ਕੁਝ ਬਣਾ ਰਹੇ ਹੋ ਅੱਜ ਜਿਹੜੀ ਮੈਂ ਦਿਵਾਲੀ ਆ ਰਹੀ ਹੈ ਦਿਵਾਲੀ ਦੇ ਹਰ ਆਈਟਮ ਬਣਾ ਰਹੇ ਹਾਂ ਜੀ ਜੀ ਦੱਸੋ ਜਿਵੇਂ ਦੀਵੇ ਮਸਾਲਾ ਕੁਜੀਆਂ ਚੱਕਰੀ ਕਰਵੇ ਹੱਟਾਂ ਹੀ ਦੀਵੇ ਵੱਡੇ ਛੋਟੇ ਤੁਲਸੀ ਦੀ ਵਾਈ ਕਿੰਨੇ ਚਿਰ ਪਹਿਲਾਂ ਸ਼ੁਰੂ ਕਰ ਦਿੰਦੇ ਹੋ ਕੰਮ ਬਣਾਉਣਾ ਇਹ 3 ਮਹੀਨੇ ਪਹਿਲਾਂ ਕਰਨਾ ਪੈਂਦਾ ਇਸ ਨੂੰ ਕਿੰਨੇ ਕੁ ਦੀ ਲਾਗਤ ਜਿਵੇਂ ਦੀਵੇ ਬਣਾਏ ਜਾ ਰਹੇ ਨੇ ਇਸ ਟਾਈਮ ਗਿਣਤੀ ਦੇ ਵਿੱਚ ਲਾਲ ਮੰਨ ਲਈ ਆਪਾਂ ਗਿਣਤੀ ਦੇ ਵਿੱਚ ਇਸ ਟਾਈਮ 40-50 ਹਜ਼ਾਰ ਦੀ ਬਸ ਸਾਡੇ ਕੋਲ ਤਿਆਰ ਹੋ ਗਿਆ ਜੀ ਹੋਰ ਬਣਾਵਾਂਗੇ ਲਈ ਲੱਖ ਦੇ ਕਰੀ ਪਹੁੰਚ ਜੂਗਾ ਹਾਂ ਪਹੁੰਚ ਜੂਗਾ ਜੀ ਪਹਿਲਾਂ ਕਿੰਨੇ ਬਣਦੇ ਸੀ ਜਿਵੇਂ ਪਿਛਲੇ ਸਾਲ ਦੀ ਗੱਲ ਕਰੀਏ ਜੀ ਆਪਾਂ ਪਿਛਲੇ ਸਾਲ ਤਾਂ ਸਾਡਾ 30,000 ਸੀ ਜੀ ਅੱਛਾ ਇਹ ਕਿੰਨੀ ਕੁ ਉਮੀਦ ਹੈ ਇਸ ਕਿ ਉਮੀਦ ਹੈ 1.5 ਦੇ ਕਰੀਬ ਅਸੀਂ ਬਣਾਵਾਂਗੇ ਤੇ ਸਾਡਾ ਮਾਲ ਬਾਹਰ ਵੀ ਜਾਊਗਾ ਜੀ ਤੇ ਮੰਦਾ ਕਿੰਨਾ ਆਇਆ ਪਹਿਲਾਂ ਨੂੰ ਬਦਲਾਓ ਕਿੰਨਾ ਆਇਆ ਲੋਕਾਂ ਦੇ ਵਿੱਚ ਇਹਦੇ ਵਰਤੋਂ ਦੇ ਵਿੱਚ ਲੋਕਾਂ ਵੱਲੋਂ ਹੁਣ ਰੁਝਾਨ ਵਧੀਆ ਹੋ ਰਿਹਾ ਹੈ ਮਿੱਟੀ ਤਰਫ ਆ ਰਹੇ ਨੇ ਖਿੱਚੇ ਲੋਕ ਹੀ ਵਰਤੋਂ ਦੇ ਹੈਗੇ ਕਿੰਨੀ ਕਿ ਮਿਹਨਤ ਹੈ ਇਹਦੇ ਮਿਹਨਤ ਤਾਂ ਪੁੱਛਣਾ ਦੇਖ ਲਓ ਤੁਹਾਡੇ ਸਾਹਮਣੇ ਸਾਰਾ ਪਰਿਵਾਰ ਸਾਡਾ ਲੱਗਿਆ ਹੋਇਆ ਜੀ ਜਿਵੇਂ ਲੱਗਦਾ ਵੀ ਸਾਲ ਬਾਅਦ ਧਿਆਰ ਆਉਂਦਾ ਕੀ ਲੱਗਦਾ ਸਾਲ ਦੇ ਬਾਅਦ ਉਸ ਤੋਂ ਬਾਅਦ ਕੋਈ ਕੰਮ ਰਹਿੰਦਾ ਕਿ ਨਾ ਹੋਰ ਕੋਈ ਕੰਮ ਕਰਦੇ ਹੋ ਨਾ ਹੀ ਬਸ ਸਾਡਾ ਮਿੱਟੀ ਦਾ ਹੀ ਕੰਮ ਹੈ ਇਹ ਕਿੰਨਾ ਜੀ ਮਸ਼ੀਨ ਸੀ ਚੱਲਦਾ ਉਸ ਤੋਂ ਬਾਅਦ ਹੋਰ ਕੀ ਧਿਆਰ ਉਸ ਤੋਂ ਬਾਅਦ ਫਿਰ ਇਹ ਭਾਂਡੇ ਬਣਾਉਣ ਲੱਗ ਗਏ ਘੜੇ ਕੁਣਿਆਂ ਦੇ ਜੀ ਫਿਰ ਹਾੜੀ ਸੋਣੀ ਦਾ ਛੱਡ ਕਿਉਂ ਗਏ ਲੋਕ ਇਹ ਲੱਗਦਾ ਜਿਵੇਂ ਪਹਿਲਾਂ ਲੋਕ ਬਸ ਨਵੇਂ ਬੱਚੇ ਕਰਦੇ ਨਹੀਂ ਜਾਂਦਾ ਕੁਝ ਨਹੀਂ ਹੈਗਾ ਮਿੱਟੀ 'ਚ ਹੀ ਕੀ ਕੁਛ ਹੈਗਾ ਮਿੱਟੀ ਦੇ ਵਿੱਚ ਮਿੱਟੀ 'ਚ ਜੇ ਕਰਨ ਤਾਂ ਇੱਕ ਮਿਹਨਤ ਬਹੁਤ ਹੈ ਇਹਦੇ ਵਿੱਚ ਇੱਕ ਮੁੱਲ ਇੰਨਾ ਮਿਲਦਾ ਨਹੀਂ ਫਿਰ ਹੁਣ ਘੱਟ ਲਾਉਂਦੇ ਨੇ ਦਰਜਨ ਤਾਂ ਹਰ ਘਰ ਲਾ ਹੀ ਰਿਹਾ ਪਰ ਘੱਟ ਵਾਲਦੇ ਨੇ ਪਹਿਲਾਂ ਤਾਂ 200-200 ਦੀ ਵਾਈ ਕੀ ਘਰ ਲਾ ਦਿੰਦਾ ਸੀ ਜੀ ਉਦੋਂ ਕੀ ਹੁੰਦਾ ਸੀ ਹੁਣ ਕੀ ਹੋ ਗਿਆ ਹੁਣ ਇਲੈਕਟ੍ਰੋਨਿਕ ਲੜੀਆਂ ਵੱਲ ਜ਼ਿਆਦਾ ਜਾ ਰਹੇ ਨੇ ਲੋਕ ਹੀ ਸਮਾਂ ਦੀ ਅੱਧੀ ਵਾਰੀ ਵਧੀਆ ਲੋ ਨਾਲ ਅੱਖਾਂ ਨਹੀਂ ਖਰਾਬ ਹੁੰਦੀਆਂ ਇੱਕਦਾਂ ਹੀ ਇਹ ਜਿਹੜੀ ਤੇਲ ਪਾਉਂਦੇ ਆ ਸਰੋਂ ਦਾ ਕੀ ਮਤਲਬ ਹੁੰਦਾ ਜਿਹੜਾ ਤੇਲ ਪਾਉਂਦਾ ਦਾ ਜੀ ਤੇਲ ਚੰਗਾ ਹੁੰਦਾ ਜੀ ਗ੍ਰਹਿ ਪੀੜਾ ਘਰ ਦੀ ਦੂਰ ਹੁੰਦੀ ਹੈ ਇਹਦੇ ਬਾਲਣ ਨਾਲ ਜੀ ਇਹ ਕਹਿੰਦੇ ਇਹ ਤਾਂ ਪੁਰਾਣੇ ਵਕਤਾਂ ਦੇ ਰਿਵਾਜ ਨੇ ਆ ਕਹਿੰਦੇ ਨੇ ਜਦ ਕਿ ਮਿੱਟੀ ਸੂਬ ਹੈ ਸਾਰਿਆਂ ਨੇ ਮੰਨੀ ਜਾਂਦੀ ਹੈ ਜਿਵੇਂ ਹਾਂ ਮਿੱਟੀ ਸਾਰਿਆਂ ਨਾਲ ਸੂਬ ਹੈ ਜੀ ਆਪਾਂ ਨੂੰ ਵੀ ਇੱਕ ਦਿਨ ਮਿੱਟੀ ਹੋ ਜਾਣਾ ਮਿੱਟੀ 'ਚ ਹੀ ਦਿਵਾਲੀ ਆ ਰਹੀ ਵੀ ਸਾਡੇ ਵੀ ਦੀਵੇ ਦਾਵੇ ਖਰੀਦੋ ਜੀ ਅਸੀਂ ਵੀ ਤਿਉਹਾਰ ਆਮ ਲੋਕਾਂ ਵਾਂਗੂ ਮਨਾ ਸਕੀਏ ਜਿਵੇਂ ਲੋਕ ਸਾਡਾ ਹੈ ਹੀ ਮਿੱਟੀ ਦੇ ਸਿਰ 'ਤੇ ਕੰਮ ਜੇ ਵਿਕੂਗਾ ਤਾਂ ਸਾਡੀ ਦਿਵਾਲੀ ਬਣੂਗੀ ਜੀ
नहीं बच्चे देखते ने फिर मिठाइया के नहीं भी अभी भी पंजाब सरकार ने अपील कर दे साडा साथ दे देख लो हले तक शेड पारे मीह आ जाता सारा माल खराब होंगे साडा बारी कोई प्रबंध नहीं है कोई प्रबंध नहीं है जी पैसा कोई लोन वगैरह करता कुछ नहीं दिंदे ना जी कुछ नहीं दिंदे जी इधर मोगे जिले चले हेल्प हो रही है सरकार वालों चेक मिल रहे नहीं मिट्टी गुन वाले मशीन पर अपना पटियाले जिले च नहीं है जी आने वाले बच्चे तो की करने अस कर रहे हैं साडे बुजुर्ग तो बाद मैं कर रहा बस मेरे तो बाद केड़े करनगे पुरानी कला करती चलती आ रही है सदियां तो ही हानि पैंदी है जन्म तो लेके मरण तक ब्याह शादी जागरण अज सब च लोड़ पैंदी है घड़े दी बस उत्थे लोग घड़ा खरीद दे ने जद ए चीजां दी लोड़ पैंदी है उंज नहीं खरीद दे इलेक्ट्रिक लड़ियां दा फर्क पिया बहुत तुहाडे इस कारोबार ते हां जी पिया जी की फर्क पिया उहदा की नुकसान है मिट्टी के बर्तन घट बीजने कहते चमा चौंध ज्यादा लड़िया दीवियां की घट है जी एक महंगाई इन्नी है तेल लोग घट्टे बालते नहीं महंगाई का मास्टर भी है महंगाई तो यही है सर 150 रुपए लीटर तेल है इस टाइम जी कि बालूगा इन्ना तेल पहले किलो दो किलो तेल बाल देंगे जी मसाला वगैरह बालते हाँ जी सारी सारी रात दीवे चलते जी पहले ही मोहित कुमार की काम है कारोबार काम तो डैडी हाथ बटा देने मिट्टी के काम के भांडे बना रहे हाँ जी दिवाली दीवे हो गए करुंडियां हो गई हटड़िया बस दीवे हो गए मूर्तियां होंगे जो पूजा करी जाती है कारोबार ठीक है बाकी हुण चलन लगे पहले कट गया सी पिछले कुछ सालां तो जिवें तेरे दादे परदादे तेरा हां करदे अगे तुसीं करोगे हुण अगे तां चांस ही नहीं है इन्नी फैसिलिटी नहीं मिल रही इसमें बाद मारूंगा।